ਗੁਰਦਾਸਪੁਰ ਦੇ ਪਿੰਡ ਸੇਖਵਾਂ ਵਿੱਚ ਇੱਕ ਕਾਲਜ ਦੀ ਬੱਸ ਹੇਠਾਂ ਆਉਣ ਕਰਕੇ ਪੈਦਲ ਜਾ ਰਹੇ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਮ ਲਵਪ੍ਰੀਤ ਦੱਸਿਆ ਜਾ ਰਿਹਾ, ਜੋ ਕਿ ਨੇੜਲੇ ਪਿੰਡ ਧਾਰੀਵਾਲ ਭੋਜਾ ਵਿਖੇ ਮਜ਼ਦੂਰੀ ਲਈ ਆਪਣੇ ਸਾਥੀ ਨਾਲ ਜਾ ਰਿਹਾ ਸੀ। ਜਦੋਂ ਇਹ ਨੌਜਵਾਨ ਬਟਾਲਾ ਕਾਨੂੰਵਾਲ ਸੜਕ ਉੱਤੇ ਜਾ ਰਿਹਾ ਸੀ ਤਾਂ ਬਟਾਲੇ ਵੱਲੋਂ ਆ ਰਹੀ ਬੱਸ ਨੇ ਉਸ ਨੂੰ ਲਪੇਟ ਵਿੱਚ ਲੈ ਲਿਆ, ਜਿਸ ਕਰਕੇ ਉਸ ਦੀ ਮੌਕੇ ਉੱਤੇ ਮੌਤ ਹੋ ਗਈ। ਰੋਸ ਦੇ ਵਿੱਚ ਆਏ ਲੋਕਾਂ ਨੇ ਪੀੜਤ ਪਰਿਵਾਰ ਸਮੇਤ ਲਾਸ਼ ਨੂੰ ਸੜਕ ਉੱਤੇ ਰੱਖ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਮੌਕੇ ਪੜ ਕੇ ਲੋਕਾਂ ਨੇ ਸਕੂਲ ਬੱਸ ਦੀ ਜੰਮ ਕੇ ਭੰਨਤੋੜ ਵੀ ਕੀਤੀ। ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਉਧਰ ਪੁਲਿਸ ਅਧਿਕਾਰੀਆਂ ਵੱਲੋਂ ਚਾਲਕ ਨੂੰ ਜਲਦ ਗ੍ਰਿਫਤਾਰ ਕੀਤੇ ਜਾਣ ਦਾ ਭਰੋਸਾ ਦਿੱਤਾ ਜਾ ਰਿਹਾ। ਇਹ ਜੀ ਬੱਸ ਸਵੇਰੇ ਬਟਾਲੇ ਤੋਂ ਤੁਰੀ ਆ ਅਤੇ ਬੱਸ ਆ ਰਹੀ ਸੀ ਸੇਵਾ ਜੋ ਸੇਵਾ ਅੱਡੇ ਦਾ ਕਾਫ਼ੀ ਤੇਜ਼ ਰਫ਼ਤਾਰ ਸੀਗੀ। ਇਹ ਲਵਪ੍ਰੀਤ ਜਿਹਾ ਸਾਈਡ 'ਤੇ ਖੜ੍ਹਾ ਸੀਗਾ ਅਤੇ ਬੱਸ ਪਤਾ ਨਹੀਂ ਕਿਸ ਹਿਸਾਬ ਨਾਲ ਉਹ ਬੱਸ ਉਹਨੂੰ ਕੁਝ ਗਾਂ ਤੇਜ਼ ਰਫ਼ਤਾਰ ਨਾਲ ਅੱਗੇ ਗੁਜ਼ਰ ਗਈ ਅਤੇ ਲਵਪ੍ਰੀਤ ਦੀ ਮੌਕੇ 'ਤੇ ਮੌਤ ਹੋ ਗਈ ਜੋ 17-18 ਸਾਲਾਂ ਦਾ ਸੀ ਮੁੰਡਾ। ਅਤੇ ਉਹ 'ਤੇ ਕਾਰਵਾਈ ਇਹੋ ਆ ਕਿ ਵੀ ਉਹਦਾ ਡਰਾਈਵਰ ਅਤੇ ਕਲਵੰਤ ਸਿੰਘ ਉਹ ਤਾਂ ਫਰਾਰ ਹੋ ਗਿਆ ਅਤੇ ਉਹਦਾ ਉਹ 'ਤੇ ਪਰਚਾ ਗਿਆ 300-304A ਦਾ ਅਤੇ 300-279 IPC ਦਾ ਅਤੇ ਉਹਦੀ ਕਾਰਵਾਈ ਚੱਲ ਰਹੀ ਆ। ਉਹਦਾ ਲਾਸ਼ਟ ਇੱਥੇ ਡੈਡ ਹਾਊਸ ਜਾਂ ਅਤੇ ਪੋਸਟਮਾਰਟਮ ਕਰਕੇ ਅਤੇ ਬਾਅਦ 'ਚ ਮੁਹੱਲਾ ਬੱਸ ਦੇ ਹਵਾਲੇ ਕੀਤੀ ਜਾਏਗੀ। ਹਾਂਜੀ, ਸੇਖਵਾਂ ਕਾਲਜ ਦੀ ਬੱਸ ਸੀ ਸੇਵਾ ਸਿੰਘ ਸੇਖਵਾਂ ਜੋ ਐਕਸ ਮੰਤਰੀ ਸਾਬਕਾ ਮੰਤਰੀ ਰਹੇ, ਉਹਨਾਂ ਦੇ ਹੀ ਕਾਲਜ ਦੀ ਬੱਸ ਸੀ ਅਤੇ ਉਹੀ ਡਰਾਈਵਰ ਇਹਨਾਂ ਨੇ ਇਸ ਡਰਾਈਵਰ ਨੇ ਅੱਗੇ ਵੀ 5-7 ਕੇਸ ਕੀਤੇ ਪਰ ਉਹ ਨਾਰਮਲ ਸੱਟਾਂ ਲੱਗਦੀ ਰਹੀਆਂ ਅਤੇ ਇਹ ਚਾਹੀਦਾ ਸਗੋਂ ਉਸ ਵੇਲੇ ਐਕਸ਼ਨ ਲੈਣਾ ਮੰਤਰੀ ਸਾਹਿਬ ਨੂੰ ਵੀ ਇਹ ਹੋਰ ਨਾ ਕੋਈ ਐਕਸੀਡੈਂਟ ਕਰੇ, ਪਰੰਤੂ ਇਹਨੇ ਅੱਜ ਉਹ ਕਰਕੇ ਦਿਖਾ ਦਿੱਤਾ। ਕੰਮ 'ਤੇ ਜਾ ਰਹੇ ਸੀ ਅਤੇ ਆਪਾਂ ਸਾਈਡ 'ਤੇ ਖੋ ਕੇ ਹਵਾ ਚੈੱਕ ਕਰਵਾਉਣ ਸੀ ਮੋਟਰਸਾਈਕਲ ਦੀ। ਮੁੰਡਾ ਰਾਸਤੇ ਥੋੜ੍ਹਾ ਜਿਹਾ ਸੜਕ 'ਤੇ ਮਾੜਾ ਜਿਹਾ ਉੱਪਰ ਸੀਗਾ ਕੰਢੇ 'ਤੇ, ਬੱਸ ਆਈ ਆ ਬਹੁਤ ਤੇਜ਼, ਬੱਸ ਉਹਨੇ ਚੁੱਕ ਕੇ ਮਾਰਿਆ ਮੁੰਡੇ ਨੂੰ ਬਹੁਤ ਦੂਰ ਜਾ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ 'ਤੇ, ਅਸੀਂ ਦਿਖਾਂਗੇ ਯੂਟਿਊਬ 'ਤੇ, ਸਾਨੂੰ ਫੋਲੋ ਕਰੋ ਟਵਿੱਟਰ 'ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।